पिंड मदीनपुर का फोकल पॉइंट बनिया समाज विरोधी अंसरां दा टिकाणा। इस फोकल पॉइंट नूं अकाली दल दी सरकार ने 20 साल पहला पंचायती जमीन विच तैयार करवाया सी, पर इत्थे सिर्फ 1-2 साल फसलां दी खरीद होई। हैलीपैड ज़्यादा वार जरूर बनिया ते इस फार फोकल पॉइंट दा झोने की फसल विक्री लई मुड़ चलन की संभावना बन गई है। ਇਹ ਫੋਕਲ ਪੁਆਇੰਟ ਜਦੋਂ ਪਿਛਲੇ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਤਾਂ ਉਦੋਂ ਇੱਥੇ ਕਰੋੜਾਂ ਰੁਪਇਆ ਜਿਹੜਾ ਇਨਵੈਸਟ ਉਹਨਾਂ ਨੇ ਕੀਤਾ ਗਿਆ, ਪਰ ਉਹ ਬਿਲਕੁਲ ਚਿੱਟਾ ਹਾਥੀ ਸਾਬਤ ਹੋਇਆ। ਦੋ ਫਸਲਾਂ ਇੱਥੇ ਉਹਨਾਂ ਦੇ ਸਮੇਂ ਦੇ ਵਿੱਚ ਉਹ ਆਈਆਂ ਅਤੇ ਉਹਦੀ ਵਿਕਰੀ ਹੋਈ ਅਤੇ ਰੇਟ ਲੱਗੇ, ਪਰ ਅੱਜ ਅਸੀਂ ਹੁਣ ਦੁਬਾਰਾ ਫਿਰ ਮੁੱਖ ਮੰਤਰੀ ਪੰਜਾਬ ਦੀ ਸਪੈਸ਼ਲ ਅਗਵਾਈ 'ਚ ਔਰ MLA ਸਾਹਿਬ ਨੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਫੋਕਲ ਪੁਆਇੰਟ ਨੂੰ ਲਿਆਂਦਾ। ਅੱਜ ਜਿਸ ਤਰ੍ਹਾਂ COVID-19 ਦਾ ਜਿਹੜਾ ਮਹਾਮਾਰੀ ਹੈ ਪੂਰੇ ਸੰਸਾਰ ਦੇ ਵਿੱਚ, ਜਿਸ ਤਰ੍ਹਾਂ ਅਸੀਂ ਸਰਕਾਰਾਂ ਦੀ ਕੋਸ਼ਿਸ਼ ਹੈ ਵੀ ਕਿਤੇ ਵੀ ਕੋਈ ਸ਼ੈਲਰ ਖਾਲੀ ਹੋਵੇ ਜਾਂ ਪੱਕਾ ਫੜ ਹੋਵੇ, ਔਰ ਸਾਡੇ ਜਿਹੜੇ ਸਰਕਾਰ ਨੇ ਇੱਥੇ ਕਰੋੜਾਂ ਰੁਪਈਆ ਜਿਹੜਾ ਹੈ ਉਹ ਮੈਂ ਤਾਂ ਕਹੂੰਗਾ ਕਿ ਪਹਿਲਾਂ ਬਰਬਾਦ ਕੀਤਾ ਹੋਇਆ। ਔਰ ਅਸੀਂ MLA ਸਾਹਿਬ ਦੀ ਯੋਗ ਅਗਵਾਈ 'ਚ ਮਾਰਕੀਟ ਕਮੇਟੀ ਬਲੌਦ ਵੱਲੋਂ ਅਸੀਂ ਦੁਬਾਰਾ ਫਿਰ MLA ਸਾਹਿਬ ਦੇ ਯਤਨਾਂ ਸਦਕਾ ਇਹ ਜਿਹੜਾ ਫੋਕਲ ਪੁਆਇੰਟ ਨੂੰ ਅਸੀਂ ਚਾਲੂ ਕਰਨ ਜਾ ਰਹੇ ਹਾਂ, ਔਰ ਬੜੀ ਥੋੜ੍ਹੇ 3-4 ਦਿਨਾਂ ਦੇ ਵਿੱਚ ਇੱਥੇ ਫਸਲ ਆਊਗੀ ਔਰ ਇੱਥੇ ਰੇਟ ਲੱਗਣਗੇ, ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਫੋਕਲ ਪੁਆਇੰਟ ਹੈ ਇਹ ਚਾਲੂ ਰਹੇ। ਮਾਰਕੀਟ ਕਮੇਟੀ ਮਲੌਦ ਦੇ ਅਧੀਨ ਆ ਅਤੇ ਪਿਛਲੇ 20 ਸਾਲ ਤੋਂ ਲਗਭਗ ਬੰਦ ਪਿਆ ਸੀਗਾ, ਅਤੇ ਇਸ ਵਾਰ ਪੰਜਾਬ ਮੰਡੀ ਬੋਰਡ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨੂੰ ਚਾਲੂ ਕੀਤਾ ਗਿਆ, ਅਤੇ ਆਸ ਕਰਦੇ ਹਾਂ ਅਤੇ ਇਹਨੂੰ ਪੂਰਾ ਅੱਗੇ ਤੋਂ ਵੀ ਅਸੀਂ ਇੱਦਾਂ ਹੀ ਚਾਲੂ ਰੱਖਾਂਗੇ। ਇੱਥੇ ਹਰੇਕ ਸਾਲ ਝੋਨਾ ਕਣਕ ਦੀ ਖਰੀਦ ਕਰਿਆ ਕਰਾਂਗੇ, ਅਤੇ ਦੋ ਏਜੰਸੀਆਂ ਇੱਥੇ ਇਸ ਵਾਰ ਅਲਾਟ ਹੋਈਆਂ ਨੇ, ਇੱਕ ਮਾਰਕਫੈਡ ਅਤੇ ਇੱਕ ਪਨਗ੍ਰੇਨ, ਜੋ ਕਿ ਆਪਣੀ ਇੱਥੇ ਸੈਂਟਰ 'ਚ ਖਰੀਦ ਕਰਨੀ ਆ। ਅਤੇ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਮਲੌਦ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਮੋਟਰ ਕਿਸਾਨਾਂ ਦੇ ਪਾਣੀ ਪੀਣ ਲਈ ਨਵਾਂ ਸਮਰਸੀਮਲ ਪੰਪ ਲਗਵਾ ਲਿਆ, ਅਤੇ ਬਾਕੀ ਬਿਜਲੀ ਦਾ ਵੀ ਅਰੇਂਜਮੈਂਟ ਕਰ ਦਿੱਤਾ ਗਿਆ ਹੈ, ਅਤੇ ਇੱਥੋਂ ਨਿਰਵਿਘਨ ਖਰੀਦ ਚੱਲੂਗੀ ਹਰ ਸਾਲ। ਮਲੌਦ ਤੋਂ ਅਜਮੇਰ ਸਿੰਘ ਦੀਵਾ ਦੀ ਰਿਪੋਰਟ, ਪਹਿਰੇਦਾਰ TV।